ਇੱਥੇ ਧੁੰਦ ਇੰਨੀ ਪੈ ਰਹੀ ਹੈ, ਪਤਾ ਨਹੀਂ ਲੱਗਿਆ ਕਿਹੜਾ ਥਾਪੜੇ ਮਾਰ ਗਿਆ। ਮੈਂ ਗੱਡੀ ਲਈ ਸੀ ਨਵੀਂ, ਮੈਂ ਐਕਸੈਸਰੀ ਕਰਵਾਉਣ ਆਇਆ ਸੀ। ਅੱਛਾ, ਐਕਸੈਸਰੀ ਤਾਂ ਵੈਸੇ ਮੈਂ ਵੀ ਲਵਾਉਣੀ ਆ ਗੱਡੀ ਨੂੰ। ਤੇ ਆ ਜਾ ਫਿਰ ਆਪਾਂ ਚੱਲਦੇ ਆ, ਇੱਥੇ ਨਵੀਂ ਸ਼ੋਪ ਓਪਨ ਹੋਈ ਹੈ, ਉਹਨਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਹੈ। ਤੋ ਗਾਇਸ, ਇਸ ਮੇਂ ਹਮਨੇ ਸਟਾਰ ਲਾਈਟ ਇੰਸਟਾਲ ਕੀ ਹੈ, ਸਾਥ ਮੇਂ ਹਮਨੇ ਯਹਾਂ ਪੇ ਆਪ ਦੇਖ ਸਕਤੇ ਹੋ, ਹਮਨੇ ਯਹਾਂ ਪੇ ਸਾਇਰਨ ਇੰਸਟਾਲ ਕੀ ਹੈ, ਸਾਥ ਮੇਂ ਹਮਨੇ ਇਸ ਗਾੜੀ ਮੇਂ ਇੰਟੀਰੀਅਰ ਕੀ ਹੈ, ਇੰਟੀਰੀਅਰ ਆਪ ਲੁੱਕ ਜੋ ਚੈੱਕ ਕਰ ਸਕਤੇ ਹੋ। ਇਸ ਗਾੜੀ ਮੇਂ ਵੀ ਹਮਨੇ ਇੰਟੀਰੀਅਰ ਕੀ ਹੈ, ਸਾਥ ਮੇਂ ਹਮਨੇ ਯਹਾਂ ਪੇ ਰਿਫਲੈਕਟਰ ਇੰਸਟਾਲ ਕੀ ਹੈ, ਸਾਥ ਮੇਂ ਹਮਨੇ ਯਹਾਂ ਪੇ 360 ਔਰ ਐਂਡਰਾਇਡ ਜੋ ਹਮਨੇ ਇੰਸਟਾਲ ਕੀ ਹੈ, ਸਾਥ ਮੇਂ ਐਂਬਿਡ ਲਾਈਟ ਇੰਸਟਾਲ ਕੀ ਹੈ। ਇਸਕੋ ਆਪ ਚੈੱਕ ਕਰ ਸਕਤੇ ਹੋ, ਇਹ ਬਿਲਕੁਲ ਵੀ ਲੈਕ ਨਹੀਂ ਕਰ ਰਿਹਾ, ਬਿਲਕੁਲ ਕੀ ਮੁੰਡਾ ਤੀਜੇ ਦਿਨ ਕਾਰ ਬਦਲੇ, ਰੁਪਿਆ ਪੁਰਾਣੇ ਨਹੀਂ ਓ ਯਾਰ ਬਦਲੇ। ਹਾਂਜੀ, ਸਤਿ ਸ੍ਰੀ ਅਕਾਲ ਜੀ ਮਿੱਤਰੋ, ਕੀ ਹਾਲ ਚਾਲ ਹੈ, ਮੈਂ ਤੁਹਾਡਾ ਆਪਣਾ ਚੰਨੀ ਤੇ ਮੈਂ ਇਹਨਾਂ ਦੀ ਚੰਨੋ। ਤੇ ਮਿੱਤਰੋ, ਅੱਜ ਆਪਾਂ ਪਹੁੰਚੇ ਹਾਂ 6 ਫੇਸ ਬਜਾਜ ਆਟੋ ਕੰਪਨੀ ਦੇ ਕੋਲ, ਨਵੀਂ ਸ਼ੋਪ ਓਪਨ ਹੋਈ ਹੈ ਮਾਂ ਬਗਲਾ ਮੁਖੀ ਕਾਰ ਐਕਸੈਸਰੀਜ਼। ਨਵੀਂ ਗੱਡੀ ਲੈ ਰਹੇ ਹੋ ਜਾਂ ਪੁਰਾਣੀ ਗੱਡੀ ਲਈ ਹੈ, ਉਹਦੀ ਐਕਸੈਸਰੀ ਪਵਾਉਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਬਹੁਤ ਵਧੀਆ ਬੈਸਟ ਡੀਲ ਮਿਲੂਗੀ। ਆ ਜਾਓ ਫਿਰ ਮਿੱਤਰੋ, ਉਹ ਕਰਾ ਲਿਓ ਚੈੱਕ। ਲਓ ਵੀ ਮਿੱਤਰੋ, ਪਹਿਲਾਂ ਤਾਂ ਚੈੱਕ ਕਰ ਲਓ, ਨੰਬਰ ਵੀ ਦਿੱਤਾ ਹੋਇਆ ਅਤੇ ਇੱਧਰ ਚੈੱਕ ਕਰੋ, ਤੁਹਾਨੂੰ ਲੋਕੇਸ਼ਨ ਦਾ ਪਤਾ ਲੱਗ ਜੂਗਾ। ਲਾਗ ਪੰਪ ਹੈ ਅਤੇ ਬਾਕੀ ਇੱਧਰ ਪਾਲਕੀ ਰੈਸਟੋਰੈਂਟ ਹੈ ਅਤੇ ਨਾਲ ਹਾਂ ਇੱਕ ਮਿੰਟ, ਉਹ ਠੇਕਾ ਵੀ ਆ ਮਿੱਤਰੋ। ਸੋ ਜਿੰਨੇ ਵੀ ਮੇਰੇ ਭਰਾ ਹੈ ਨਾ ਟੈਕਸੀਆਂ ਵਾਲੇ ਡਰਾਈਵਰ ਨੇ ਵੀਰ, ਅਤੇ ਕੋਈ ਪਰਸਨਲ ਗੱਡੀ ਹੋਵੇ ਬੰਦੇ ਕੋਲ ਹੈ ਨਾ, ਅਤੇ ਉਹਨਾਂ ਲਈ ਬੈਸਟ ਡੀਲ ਹੋਣ ਵਾਲੀ ਹੈ। ਇੱਥੇ ਹਰ ਤਰ੍ਹਾਂ ਦੀ ਐਕਸੈਸਰੀ ਮਿਲੂਗੀ ਤੁਹਾਨੂੰ, ਉਹ ਤੁਹਾਨੂੰ ਆਪਾਂ ਦਿਖਾਉਂਦੇ ਹਾਂ। ਵੀਡੀਓ ਦੇ ਨਾਲ ਜੁੜੇ ਰਹੋ ਹੈ ਨਾ, ਭਾਈ ਨਾਲ ਮਿਲਾਉਂਦੇ ਹੋ, ਤੁਹਾਨੂੰ ਹਰ ਇੱਕ ਚੀਜ਼ ਦੀ ਨੌਲੇਜ ਪੂਰੇ ਪਰਫੈਕਟ ਤਰੀਕੇ ਨਾਲ ਦੇਣਗੇ। ਸੋ ਜਿਵੇਂ ਕਿ ਤੁਹਾਨੂੰ ਪਤਾ ਨਾ, ਮੋਦੀ ਸਾਹਿਬ ਨੇ ਬਿੱਲ ਜੇ ਪਾਸ ਕੀਤੇ ਆ ਡਰਾਈਵਰ ਵੀਰਾਂ ਵਾਸਤੇ, ਉਹ ਗਲਤ ਹੈ। ਪਰ ਡਰਾਈਵਰ ਵੀਰਾਂ ਨੂੰ ਇੱਕ ਜਾਣਕਾਰੀ ਦੇਣਾ ਚਾਹੂੰਗਾ, ਇਹ ਪ੍ਰੋਜੈਕਟ ਹੈ ਜਿਹੜਾ ਤੁਹਾਡੇ ਲਈ ਬਹੁਤ ਬੈਨੀਫਿਟ ਹੈ, ਤੁਹਾਡੇ ਲਈ ਲਾਭਦਾਇਕ ਹੈ। ਵੀ ਅਗਰ ਤੁਸੀਂ ਆਪਣੀ ਇਹ ਗੱਡੀ 'ਚ ਯੂਜ਼ ਕਰਦੇ ਹੋ ਤਾਂ ਤੁਹਾਡੀ ਗਲਤੀ ਕਦੇ ਵੀ ਨਿਕਲ ਸਕਦੀ, ਅਗਰ ਤੁਹਾਡੀ ਗਲਤੀ ਨਹੀਂ ਹੈ। ਸੋ ਇਹ ਜ਼ਰੂਰ ਲਵਾਉਣਾ ਚਾਹੀਦਾ ਹੈ ਤੁਹਾਨੂੰ ਇਹ ਪ੍ਰੋਜੈਕਟ, ਜਾਂ ਇਹਦੇ ਨਾਲ ਐਂ ਹੋਊਗਾ ਵੀ ਰਿਕਾਰਡ ਹੋ ਜੂਗਾ ਸਾਰਾ। ਜੇ ਅਗਲੇ ਦੀ ਗਲਤੀ ਹੋਊਗੀ ਤਾਂ ਇਹਦੇ 'ਚ ਤੁਸੀਂ ਨਹੀਂ ਰਗੜੇ ਜਾਓਗੇ ਮਿੱਤਰੋ। ਸੋ ਇਹ ਜ਼ਰੂਰ ਹੈ ਨਾ, ਵਾਏ ਕਰਿਓ ਤੁਸੀਂ ਇੱਥੇ ਆ ਕੇ, ਸਪੈਸ਼ਲ ਹੈ ਇਹ ਜੀ ਮਿੱਤਰੋ। ਭਾਈ ਦੱਸਣਗੇ ਆਪਣੇ ਕੋਲ ਹੈ ਨਾ ਕੀ ਚੀਜ਼ਾਂ ਅਵੇਲੇਬਲ ਨੇ। ਸੋ ਚਲੋ ਭਾਜੀ ਦੱਸੋ। ਅਤੇ ਭਾਅ ਜੀ, ਆਪਣੇ ਕੋਲ ਤੁਹਾਨੂੰ ਸਾਰਾ ਹੀ ਸਮਾਨ ਮਿਲ ਜੂਗਾ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਜਿਹੜੇ ਕੈਮਰੇ ਜਿਹੜੇ ਆ ਵਧੀਆ ਕੁਆਲਿਟੀ ਦੇ ਜਿਹੜੇ ਸਟਾਰਟ ਆ ਆਪਣੇ ਕੋਲ ਮਿਲ ਜਾਣਗੇ, ਅਤੇ ਨਾਲੇ ਤੁਹਾਨੂੰ ਜਿਹੜੇ ਸਪੀਕਰ ਵਗੈਰਾ ਜਿਹੜੇ ਆ ਹਰੇਕ ਕੁਆਲਿਟੀ ਤੁਹਾਨੂੰ ਸਪੀਕਰ ਜਿਹੜਾ ਇੱਧਰ ਮਿਲ ਜੂਗਾ, ਅਤੇ ਨਾਲੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਐਲ ਈ ਡੀ ਤੁਹਾਨੂੰ ਇੱਧਰ ਮਿਲ ਜਾਣਗੀਆਂ, ਅਤੇ ਨਾਲੇ DVR ਜਿਹੜੇ ਹੁੰਦੇ ਰਿਕਾਰਡਿੰਗ ਵਾਸਤੇ, ਜਿਹੜੀ ਵੱਡੀ ਤੁਹਾਡੀ ਅਗਰ ਕਿਤੇ ਐਕਸੀਡੈਂਟ ਵਗੈਰਾ ਕੁਛ ਵੀ ਹੁੰਦਾ ਅਤੇ ਉਹ ਚੀਜ਼ ਜਿਹੜੀ ਹੈ ਇਹਦੇ ਵਿੱਚ ਰਿਕਾਰਡ ਹੋਊਗੀ, ਅਤੇ ਨਾਲੇ ਜਿਹੜਾ ਤੁਹਾਨੂੰ ਇੱਧਰ 360 ਜਿਹੜਾ 360 ਵੀ ਮਿਲ ਜਾਊਗਾ, ਅਤੇ ਨਾਲੇ ਇੱਧਰ ਚੱਲਦੇ ਹਾਂ ਆਪਾਂ, ਇਹ ਵੀ LEDਆਂ ਆ ਗਈਆਂ, ਅਤੇ ਨਾਲੇ ਇਹ ਆ ਗਿਆ ਤੁਹਾਡਾ LED ਜਿਹੜੀ ਐਂਡਰੋਇਡ ਤੁਹਾਡਾ ਰਹੂਗਾ, ਐਂਡਰੋਇਡ ਜਿਹੜਾ ਆਪਣੇ ਕੋਲ ਮਾਤਰ 5500 ਤੋਂ ਸਟਾਰਟ ਆ, ਅਤੇ ਨਾਲੇ ਤੁਹਾਨੂੰ ਸਪੀਕਰ ਜਿਹੜੇ ਆ ਤੁਹਾਡੀ ਰੇਂਜ ਦੇ ਹਿਸਾਬ ਨਾਲ ਕੋਈ ਵੀ ਮਿਲ ਜੂਗਾ ਤੁਹਾਨੂੰ, ਅਤੇ ਨਾਲੇ ਤੁਹਾਨੂੰ ਬੇਸ ਟਿਊਬਸ ਕੁਛ ਵੀ ਅਗਰ ਤੁਹਾਨੂੰ ਅਗਰ ਚਾਹੀਦਾ ਐਪ ਵਗੈਰਾ ਚਾਹੀਦਾ ਆ, ਵਾਇਰਿੰਗ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਕੋਲ, ਤੁਹਾਨੂੰ ਸਾਰੀ ਹੈਵੀ ਵਾਇਰਿੰਗ ਮਿਲੂਗੀ, ਹਲਕੀ ਵਾਇਰਿੰਗ ਆਪਾਂ ਰੱਖਦੇ ਹੀ ਨਹੀਂ ਆ। ਅਤੇ ਨਾਲੇ ਅੱਗੇ ਚੱਲਦੇ ਆ, ਤੁਹਾਡੇ ਇੱਧਰ ਫਲੋਰਿੰਗ ਮਿਲ ਜੂਗੀ, ਫਲੋਰਿੰਗ ਦੇ ਨਾਲ ਨਾਲ ਤੁਹਾਨੂੰ ਅਗਰ ਕਿਸੇ ਭਰਾ ਨੂੰ ਸਾਇਰਨ ਵਗੈਰਾ ਚਾਹੀਦਾ ਆ ਤਾਂ ਸਾਇਰਨ ਮਿਲ ਜੂਗਾ, ਅਤੇ ਅਗਰ ਕਿਸੇ ਭਰਾ ਦਾ ਜਿਹੜੀ ਹੈ ਅਗਰ ਗੱਡੀ ਹੈ ਉਹਨੇ ਲਈ ਹੋਈ ਹੈ BXI ਮਾਡਲ ਸਿਸਟਮ ਉਹਦੇ ਲੱਗਾ ਹੋਇਆ ਆਇਆ ਹੈ, ਠੀਕ ਹੈ, ਅਤੇ ਉਹਦੇ ਭਰਾ ਲਈ ਆਪਾਂ ਜਿਹੜੇ ਕੈਮਰੇ ਕੁਮਰੇ ਜਿਹੜੇ ਆ ਆਪਾਂ ਚਲਾ ਕੇ ਦਿੰਦੇ ਹਾਂ, ਉਹਦੇ ਲਈ ਆਪਣਾ ਜਿਹੜਾ ਕਨਵਰਟਰ ਲੱਗੂਗਾ ਅਤੇ ਆਪਾਂ ਕੈਮਰਾ ਜਿਹੜਾ ਉਹਦਾ ਚਾਲੂ ਕਰਕੇ ਦੇਵਾਂਗੇ, ਅਤੇ ਨਾਲੇ ਤੁਹਾਨੂੰ ਇੱਧਰ ਐਮਬੀਐਸ ਲਾਈਟ ਮਿਲ ਜੂਗੀ, ਅਤੇ ਨਾਲੇ ਤੁਹਾਨੂੰ ਜਿਹੜਾ ਆ ਆਪਣਾ
ਪ੍ਰੋਜੈਕਟਰ ਮਿਲ ਜਾਣਗੇ, ਪ੍ਰੋਜੈਕਟਰ ਦੇ ਨਾਲ ਨਾਲ ਤੁਹਾਨੂੰ ਇੱਧਰ ਅਗਰ ਤੁਹਾਨੂੰ ਕਿਸੇ ਨੇ ਪੁਲਿਸ ਲਾਈਟ ਵਗੈਰਾ ਲੈਣੀ ਹੈ, ਪੁਲਿਸ ਲਾਈਟ ਮਿਲ ਜੂਗੀ, ਗ੍ਰਿਲ ਲਾਈਟ ਮਿਲ ਜੂਗੀ, ਅਤੇ ਨਾਲੇ ਐਂਟੀਨੇ ਮਿਲ ਜੂਗੇ, ਵੈਲਕਮ ਲਾਈਟਸ ਮਿਲ ਜਾਣਗੀਆਂ, ਅਤੇ ਨਾਲ ਤੁਹਾਨੂੰ ਸਪੀਕਰਸ ਮਿਲ ਜਾਣਗੇ, ਡੈਂਪਿੰਗ ਮਿਲ ਜੂਗੀ। ਡੈਂਪਿੰਗ ਜਿਹੜੀ ਆਪਾਂ ਹਲਕੀ ਕੁਆਲਿਟੀ ਦੇ ਭਰਾ ਯੂਜ਼ ਨਹੀਂ ਕਰਦੇ, ਅਤੇ ਤੁਹਾਨੂੰ ਇੱਧਰ ਜਿਹੜੀ ਪੈਰਾਮੈਟ ਮੋਰਲ ਅਤੇ ਨੋਟਲੈਸ ਵਗੈਰਾ ਹੈਵੀ ਜਿਹੜੀ ਹੈਵੀ ਸੀਰੀਜ਼ ਜਿਹੜੀਆਂ ਡੈਂਪਿੰਗ ਜਿਹੜੀ ਤੁਹਾਨੂੰ ਸਾਰੀ ਇੱਧਰ ਅਵੇਲੇਬਲ ਹੋਊਗੀਆਂ, ਅਤੇ ਨਾਲੇ ਤੁਹਾਨੂੰ ਇੱਧਰ ਸਪੀਕਰ ਵਗੈਰਾ ਅਤੇ ਇੱਧਰ ਆਪਾਂ ਚੱਲਦੇ ਹਾਂ ਸੀਟ ਕਵਰ ਵਾਲੇ ਪਾਸੇ ਨੂੰ। ਤਾਂ ਸੀਟ ਕਵਰ ਜਿਹੜਾ ਆਪਾਂ ਜੀ ਤੁਹਾਨੂੰ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਕਿਤੇ ਜਿਹੜਾ ਇਹ ਸੀਟ ਕਵਰ ਨਹੀਂ ਮਿਲੂਗਾ, ਇਹ ਕੱਪੜਾ ਤੁਹਾਨੂੰ ਮਿਲੂਗਾ ਕਿੱਥੇ, ਪੂਰੇ ਚੰਡੀਗੜ੍ਹ 'ਚ ਲੱਭ ਕੇ ਦੇਖ ਲਓ ਤੁਸੀਂ। ਅਤੇ ਨਾਲੇ ਆਪਾਂ ਚੱਲਦੇ ਹਾਂ ਹੁਣ ਅੰਦਰ ਵਾਲੇ ਪਾਸੇ ਨੂੰ, ਮੈਂ ਤੁਹਾਨੂੰ ਦਿਖਾਉਂਦਾ ਕਿ ਆਪਣੇ ਕੋਲ ਕੀ ਹੋਰ ਜਿਹੜਾ ਹੈ ਕਨਵਰਟੇਸ਼ਨ ਹੁੰਦੀ ਹੈ। ਅਤੇ ਨਾਲੇ ਤੁਸੀਂ ਦੇਖ ਸਕਦੇ ਹੋ ਮੈਟਸ ਵਗੈਰਾ ਜਿਹੜੇ ਆ ਬਿਲਕੁਲ ਪ੍ਰੀਮੀਅਮ ਕੁਆਲਿਟੀ ਦੇ ਆ, 7D ਜਿਹੜਾ ਮੈਟ ਜਿਹੜਾ ਆਪਣਾ ਕਿਤੇ ਨਹੀਂ ਲੱਭਣਾ ਤੁਹਾਨੂੰ, ਇਹ ਵਾਲੀ ਚੀਜ਼ ਵੀ ਚੈੱਕ ਕਰਕੇ ਦੇਖੋ ਇੱਕ ਵਾਰੀ, ਬਿਲਕੁਲ ਪ੍ਰੀਮੀਅਮ ਕੁਆਲਿਟੀ ਆ, ਇਹ ਕੁਆਲਿਟੀ ਦਾ ਮਾਲ ਤੁਹਾਨੂੰ ਕਿਤੇ ਨਹੀਂ ਲੱਭਣਾ। ਇਹ ਅੰਦਰ ਆ ਜਾਓ ਤੁਸੀਂ, ਤੇ ਤੁਹਾਨੂੰ ਦਿਖਾਉਂਦੇ ਆਪਾਂ ਜੀ ਕੀ ਕੀ ਮਾਲ ਮਿਲ ਜੂਗਾ। ਮਿੱਤਰੋ ਬੈਸਟ ਚੁਆਇਸ ਹੈ ਤੁਹਾਡੇ ਕੋਲ, ਭਰਾ ਕੋਲ ਹਰ ਐਟਮ ਅਵੇਲੇਬਲ ਹੈ, ਤੁਸੀਂ ਚੈੱਕ ਕਰ ਸਕਦੇ ਹੋ ਹਰ ਕੰਪਨੀ ਦੀ, ਜੇ ਮੰਨ ਲਓ ਵੀ ਤੁਹਾਡੇ ਬਜਟ ਦੇ ਹਿਸਾਬ ਨਾਲ। ਅਤੇ ਭਾਅ ਜੀ ਆਪਾਂ ਚੱਲਦੇ ਹਾਂ ਹੁਣ ਅਗਰ ਕਿਸੇ ਭਰਾ ਦੇ ਕੋਲ, ਅਗਰ ਮੇਰੇ ਭਰਾ ਦੇ ਕੋਲ ਕਿਸੇ ਕੋਲ ਵੀ ਅਗਰ ਗ੍ਰੈਂਡ ਵਿਟਾਰਾ ਹਾਈਰਾਈਡਰ ਵਗੈਰਾ ਹੈਗੀ ਆ, ਅਤੇ ਉਹਨੂੰ ਜਿਹੜਾ ਆ ਬੇਸ ਮਾਡਲ ਲਿਆ ਹੋਇਆ, ਤਾਂ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ, ਆਪਾਂ ਉਹਨੂੰ ਟੋਪ ਮਾਡਲ ਕਨਵਰਜ਼ਨ ਕਰਕੇ ਦੇਵਾਂਗੇ। ਇਹ ਦੇਖ ਸਕਦੇ ਹੋ ਤੁਸੀਂ, ਆਪਾਂ ਸਟੇਰਿੰਗ ਜਿਹੜਾ ਆ ਟੋਪ ਮਾਡਲ ਦਾ ਕਰਕੇ ਦੇਵਾਂਗੇ ਕਨਵਰਜ਼ਨ, ਅਤੇ ਨਾਲੇ ਰਿਫਲੈਕਟਰ ਮਿਲ ਜਾਣਗੇ, ਅਤੇ ਨਾਲੇ ਆਪਣੀ ਹੈੱਡਲਾਈਟ ਗਾਰਨਿਸ਼ ਮਿਲ ਜਾਊਗੀ, ਅਤੇ ਨਾਲੇ ਐਂਡਰੋਇਡ ਮਿਲ ਜੂਗਾ। ਐਂਡਰੋਇਡ ਤੁਹਾਨੂੰ 9 ਇੰਚ ਚਾਹੀਦਾ, 10 ਇੰਚ ਚਾਹੀਦਾ, ਜਾਂ ਕਿਹੜਾ ਵੀ ਚਾਹੀਦਾ ਹੋਊਗਾ ਮਿਲ ਜਾਣਗੇ ਸਾਰੇ। ਅਤੇ ਜਿਹੜਾ ਵੀ ਭਰਾ ਜਿਹੜਾ ਮੇਰਾ ਕੋਈ ਵੀ ਹੈਗਾ ਬੇਸ ਟੂ ਟੋਪ ਜਿਹੜਾ ਕਨਵਰਟ ਕਰਾਊਗਾ ਆਪਣੀ ਗੱਡੀ, ਉਹਨੂੰ ਜਿਹੜਾ ਗੇਅਰ ਨੋਬ 'ਤੇ ਜਿਹੜਾ ਆ ਆਪਣਾ ਬੂਟ ਲਾਈਟ ਕੰਪਲੀਮੈਂਟ ਜਿਹੜੀ ਹੈ ਫ੍ਰੀ ਰਹੂਗੀ, ਅਤੇ ਨਾਲੇ ਡੈਸ਼ਬੋਰਡ ਕਿੱਟ ਮਿਲ ਜਾਊਗੀ, ਅਤੇ ਨਾਲੇ ਆਪਣੀ ਡੋਰ ਗਾਰਨਿਸ਼ ਮਿਲ ਜੂਗੀ, ਸਾਰਾ ਕੁਛ ਤੁਹਾਨੂੰ ਜਿਹੜਾ ਸਾਈਡ ਫਿਟਿੰਗ ਵਗੈਰਾ ਜਿਹੜੀ ਤੁਸੀਂ ਦੇਖ ਸਕਦੇ ਹੋ ਸਾਰਾ ਡੱਬਾ ਪੈਕ ਮਿਲੂਗਾ। ਕੋਈ ਵੀ ਜਿਹੜਾ ਮਾਲ ਜਿਹੜਾ ਤੁਹਾਡਾ, ਕੋਈ ਵੀ ਮਾਲ ਤੁਹਾਨੂੰ ਅਗਰ ਡੱਬਾ ਪੈਕ ਨਹੀਂ ਮਿਲਦਾ ਤਾਂ ਤੁਸੀਂ ਉਹ ਮਾਲ ਨਹੀਂ ਲੈਣਾ ਵਾ, ਤੁਹਾਨੂੰ ਉਸ ਚੀਜ਼ ਦੀ ਵਾਰੰਟੀ ਨਹੀਂ ਮਿਲੂਗੀ। ਅਤੇ ਨਾਲੇ ਆਪਣੇ ਕੋਲ ਜਿਹੜੀ ਹੁਣ ਨਵਾਂ ਨਵੀਂ ਕਰੇਟਾ ਕਰੂਟਾ ਆਈ ਹੈ, ਕਰੇਟਾ ਦੇ ਆਪਣੇ ਕੋਲ ਜਿਹੜਾ ਓਵਰਵਿਮ ਪੇ ਹੋਏ ਆ ਤੁਹਾਡੇ, ਤੁਹਾਨੂੰ ਇੱਧਰ ਓਵਰਵਿਮ ਮਿਲ ਜੂਗੇ, ਅਤੇ ਨਾਲੇ ਆਪਾਂ ਇਹ ਕਰੂਜ਼ ਕੰਟਰੋਲ ਹੈ ਅਤੇ ਸਟੀਅਰਿੰਗ ਕੰਟਰੋਲ ਹੈ, ਇਹ ਚੀਜ਼ ਇੱਧਰ ਕੋਈ ਚਾਲੂ ਨਹੀਂ ਕਰਕੇ ਦਊਗਾ, ਆਪਾਂ ਤੁਹਾਨੂੰ ਚਾਲੂ ਕਰਕੇ ਦੇਵਾਂਗੇ। ਅਤੇ ਨਾਲੇ ਤੁਹਾਨੂੰ ਆਪਣੀ ਜਿੰਨੀ ਵੀ ਜਿਹੜੀ ਪੇਸਟਿੰਗ ਆਈਟਮਸ ਜਿੰਨੀਆਂ ਵੀ ਹੈਗੀਆਂ ਪੇਸਟਿੰਗ ਆਈਟਮਸ, ਤੁਹਾਨੂੰ ਮਿਲੂਗਾ 50% ਡਿਸਕਾਊਂਟ, ਚਾਹੇ ਉਹ ਤੁਸੀਂ ਮਰੂਤੀ ਲੈ ਕੇ ਆ ਰਹੇ ਹੋ, ਚਾਹੇ ਤੁਸੀਂ ਕੋਈ ਵੀ ਗੱਡੀ ਲੈ ਕੇ ਆਓ, ਤੁਹਾਨੂੰ ਮਿਲੂਗਾ 50% ਡਿਸਕਾਊਂਟ। ਅਤੇ ਆਪਣੇ ਭਰਾਵਾਂ ਲਈ ਜਿਹੜੇ ਕੀਆ ਸੈਂਟੋਸ ਵਗੈਰਾ ਜਿਹੜੀ ਹੈਗੀਆਂ ਗੱਡੀਆਂ, ਉਹਨਾਂ ਦਾ ਵੀ ਤੁਹਾਨੂੰ ਜਿਹੜਾ ਸਮਾਨ ਜਿਹੜਾ ਇੱਧਰ ਅਵੇਲੇਬਲ ਮਿਲੂਗਾ, ਕੋਈ ਵੀ ਗੱਡੀ ਲੈ ਕੇ ਆਓ ਬੇਸਟ ਟੋਪ ਕਰਾ ਕੇ ਲੈ ਕੇ ਜਾਓ। ਅਤੇ ਨਾਲ ਤੁਹਾਨੂੰ ਇੱਧਰ ਪਾਰਸਲ ਟਰੇ ਅਤੇ ਆਪਣੇ ਸੀਟ ਕਵਰਸ ਵਗੈਰਾ ਸਾਰਾ ਏ ਟੂ ਜੈਡ ਜਿਹੜੀ ਚੀਜ਼ ਜਿਹੜੀ ਸਾਰੀਆਂ ਚੀਜ਼ਾਂ ਪ੍ਰੋਵਾਈਡ ਹੋਣਗੀਆਂ। ਅਤੇ ਨਾਲੇ ਆਪਾਂ ਚੱਲਦੇ ਹੁਣ ਜੈਨੂਨ ਅਸੈਸਰੀ ਜਿਹੜੀ ਆਪਣੀ ਇੱਧਰ ਵਾਲੀ ਸਾਈਡ ਵੀ ਆਪਾਂ ਰੱਖੀ ਹੋਈ ਆ, ਜੇ ਆਪਣੇ ਕਿਸੇ ਵੀਰ ਭਰਾ ਕੋਲ ਅਗਰ ਬਰੀਜ਼ਾ ਵਗੈਰਾ ਹੈਗੀ, ਬਰੀਜ਼ਾ 'ਚ ਚੱਲਾ ਹੋਇਆ 30% ਡਿਸਕਾਊਂਟ, ਅਤੇ 30% ਡਿਸਕਾਊਂਟ 'ਤੇ ਉਹਨੂੰ ਲੋਅਰ ਗਾਰਨਿਸ਼ ਵਗੈਰਾ ਜਿੰਨੇ ਜਿੱਦਾਂ ਤੁਹਾਨੂੰ ਪਤਾ ਹੀ ਹੋਣਾ ਕਿ ਕੋਈ ਵੀ ਪੇਸਟਿੰਗ ਆਈਟਮ ਹੈ ਉਹਦੇ 'ਤੇ ਮਿਲੂਗਾ ਤੁਹਾਨੂੰ 30% ਡਿਸਕਾਊਂਟ। ਵਿਟਾਰਾ 'ਚ ਚੱਲਾ ਹੋਇਆ 50, ਇਹਦੇ ਚੱਲਾ ਬਰੀਜ਼ਾ 'ਚ ਚੱਲਾ ਹੋਇਆ 50, ਅਤੇ ਨਾਲੇ ਤੁਹਾਡਾ ਕਰੇਟਾ 'ਚ ਚੱਲਾ ਹੋਇਆ 35, ਠੀਕ ਹੈ। ਅਤੇ ਕੋਈ ਵੀ ਭਰਾ ਆਪਣਾ ਆਵੇ ਬੇਸਟ ਟੋਪ ਕਰਾ ਕੇ ਜਾਵੇ, ਉਹਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਉਹਨੂੰ ਆਮਰੈਸਟ ਮਿਲ ਜਾਊਗਾ ਜੈਨੂਅਨ, ਅਤੇ ਨਾਲੇ USB ਮਿਲ ਜੂਗੀ, ਫਰੰਟ USB ਮਿਲ ਜੂਗੀ, ਬੈਕ USB ਮਿਲ ਜੂਗੀ, ਸਾਰਾ ਸਾਰਾ ਮਾਲ ਜਿਹੜਾ ਜੈਨੂਅਨ ਮਿਲੂਗਾ। ਅਤੇ ਨਾਲੇ ਤੁਸੀਂ ਦੇਖ ਸਕਦੇ ਹੋ ਸਿਲਵਰ ਲਾਈਨ ਦਾ ਜਿਹੜਾ ਟੋਪ ਮਾਡਲ ਦੇ ਵਿੱਚ ਜਿਹੜਾ ਸਟੀਅਰਿੰਗ ਆਉਂਦਾ ਉਹ ਵੀ ਤੁਹਾਨੂੰ ਮਿਲ ਜੂਗਾ, ਅਤੇ ਨਾਲੇ ਸਾਰਾ ਜਿਹੜੀ ਚੀਜ਼ਾਂ ਜਿਹੜੀਆਂ ਫਿਟਮੈਂਟ ਕਰਕੇ ਦਊਂਗੇ ਆਪਾਂ, ਅਤੇ ਤੁਹਾਨੂੰ ਮੈਟ ਜਿਹੜਾ ਮੈਟ ਤੁਸੀਂ ਦੇਖ ਸਕਦੇ ਹੋ ਹੈਵੀ ਕੁਆਲਿਟੀ ਦਾ ਇੱਧਰ ਮਿਲ ਜਾਣਗੇ। ਅਤੇ ਨਾਲੇ ਤੁਸੀਂ ਅਤੇ ਆਪਣੇ ਕਿਸੇ ਵੀਰ ਭਰਾ ਨੂੰ ਅਗਰ ਸਨਰੂਫ ਵਗੈਰਾ, ਸਨਰੂਫ ਹੋਲਡਰ ਵਗੈਰਾ ਚਾਹੀਦਾ ਉਹ ਵੀ ਅਵੇਲੇਬਲ ਹੋਊਗਾ। ਅਤੇ ਨਾਲੇ ਸਾਡੇ ਕੋਲ ਜਿੰਨਾ ਵੀ ਸਾਰਾ ਕੰਮ ਹੁੰਦਾ ਸਾਰਾ ਕਪਲਰ ਟੂ ਕਪਲਰ ਹੁੰਦਾ ਵਾ, ਕੋਈ ਵਾਇਰਿੰਗ ਜਿਹੜੀ ਕੋਈ ਵਾਇਰਿੰਗ ਸਲੀਵ ਨਹੀਂ ਹੁੰਦੀ, ਕੋਈ ਕਟਿੰਗ ਨਹੀਂ ਹੁੰਦੀ, ਅਤੇ ਕੋਈ ਵੀ ਭਰਾ ਜਿਹੜਾ ਆਪਣਾ ਜਿਹੜਾ ਇੱਧਰ ਆ ਕੇ ਜਿਹੜਾ ਬੇਫਿਕਰ ਹੋ ਕੇ ਕੰਮ ਕਰਾ ਸਕਦਾ ਆ, ਟੈਨਸ਼ਨ ਲੈਣ ਵਾਲੀ ਕੋਈ ਗੱਲ ਹੈ ਨਹੀਂ। ਅਤੇ ਨਾਲੇ ਜਿੰਨੀ ਵੀ ਸਾਰੀ ਤੁਸੀਂ ਦੇਖ ਸਕਦੇ ਹੋ ਇੱਧਰ ਪੇਸਟਿੰਗ ਆਈਟਮ ਜਿੰਨੀਆਂ ਵੀ ਹੈਗੀਆਂ ਸਾਰੀ ਆਈਟਮ 'ਤੇ ਤੁਹਾਨੂੰ ਜਿਹੜਾ 50% ਡਿਸਕਾਊਂਟ ਮਿਲੂਗਾ।
ਵੀਰ ਭਰਾ ਆਪਣੇ ਸੋਚ ਰਹੇ ਹੋਣਗੇ ਕਿ ਭਾਈ ਕੀ ਹੈ ਤਾਂ ਮੈਂ ਆਪ ਤਾਂ ਕਹਿਤਾ ਕਿ ਹੈਗਾ ਪਰ ਦੱਸਿਆ ਨਹੀਂ ਭਰਾ ਨੇ ਅਤੇ ਇਹ ਦੇਖ ਲਓ ਭਰਾ ਜੀ ਤੁਸੀਂ ਤੁਹਾਡੇ ਲਈ ਆਪਾਂ ਓ ਆਰ ਵੀ ਐਮ ਤੁਹਾਨੂੰ ਕੀ ਆ ਦੇ ਜਿਹੜੇ ਹਿਊਂਡਾਈ ਇੱਥੇ ਲਿਖਿਆ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਇਹ ਦੇਖੋ ਤੁਸੀਂ ਹਿਊਂਡਾਈ ਕੀ ਆ ਲਿਖਿਆ ਹੋਇਆ ਵਾ ਠੀਕ ਹੈ ਜਿਹੜਾ ਵੀ ਹੈਗਾ ਉਹ ਮਾਲ ਜੈਨੂਇਨ ਮਿਲੂਗਾ ਤੁਹਾਨੂੰ ਇੱਧਰ ਬੇਸ ਟੋਪ ਕਰਾਉਣ ਲਈ ਜਿਹੜਾ ਵੀ ਭਰਾ ਆਪਣਾ ਆਊਗਾ ਇੱਥੇ 35 ਜਿਹੜਾ ਪਰਸੈਂਟ ਜਿਹੜਾ ਡਿਸਕਾਊਂਟ ਉਹਨੂੰ ਮਿਲੂਗਾ ਅਤੇ ਮਿੱਤਰੋ ਹਰ ਚੀਜ਼ ਭਾਅ ਜੀ ਉਹਨਾਂ ਕੋਲ ਅਵੇਲੇਬਲ ਹੈ ਤੁਸੀਂ ਇੱਥੇ ਆ ਕੇ ਹੈ ਨਾ ਚੈੱਕ ਵੀ ਕਰ ਸਕਦੇ ਹੋ ਅਤੇ ਭਾਅ ਜੀ ਉਹਨਾਂ ਦੀ ਇੰਸਟਾ ਆਈ ਡੀ ਕੀ ਹੈ ਭਾਅ ਜੀ ਆਟੋਮੋਬਾਈਲ ਵਿਸ਼ਾਲ ਦੇ ਨਾਮ ਅਤੇ ਯੂਟਿਊਬ ਚੈਨਲ ਵੀ ਇਸੇ ਨਾਮ ਤੋਂ ਹੀ ਹੈ ਸੋ ਉੱਥੇ ਜਾ ਕੇ ਹੈ ਨਾ ਤੁਸੀਂ ਦੇਖ ਸਕਦੇ ਹੋ ਡੀ ਐਮ ਕਰ ਸਕਦੇ ਹੋ ਭਾਅ ਜੀ ਦਾ ਨੰਬਰ ਹੈ ਨੰਬਰ ਬੋਲ ਦਿਓ ਇੱਕ ਵਾਰੀ ਭਾਅ ਜੀ 9882131817908017 ਮੈਂ ਮੈਂਸ਼ਨ ਵੀ ਕੀਤਾ ਹੋਇਆ ਅਤੇ ਕਾਲ ਕਰਕੇ ਤੁਸੀਂ ਹੈ ਨਾ ਭਾਅ ਜੀ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਸਾਰੀ ਇਨਫੋਰਮੇਸ਼ਨ ਬਾਕੀ ਭਾਅ ਜੀ ਉਹਨਾਂ ਕੋਲ ਹਰ ਚੀਜ਼ ਅਵੇਲੇਬਲ ਹੈ ਪੂਰੀ ਤਸੱਲੀ ਵਾਲਾ ਕੰਮ ਕੀਤਾ ਜਾਂਦਾ ਮਿੱਤਰੋ ਇੱਕ ਵਾਰ ਇੱਥੇ ਆ ਕੇ ਆਪਣੀ ਗੱਡੀ ਹੈ ਨਾ ਪੂਰੀ ਓਕੇ ਰਿਪੋਰਟ ਕਰਵਾਓ ਕੋਈ ਵੀ ਗੱਡੀ ਲੈ ਕੇ ਆਓ ਤੁਹਾਨੂੰ ਇੰਟੀਰੀਅਰ ਕਰਾਉਣਾ ਹੋਊਗਾ ਇੰਟੀਰੀਅਰ ਤੁਹਾਨੂੰ ਕਸਟਮਾਈਜ਼ ਹੋ ਜਾਊਗਾ ਕੋਈ ਵੀ ਚੀਜ਼ ਜਿਹੜੀ ਹੈ ਜਿਹੜੀ ਤੁਹਾਡੀ ਮਨਪਸੰਦ ਦੀ ਅਗਰ ਤੁਸੀਂ ਸੀਟ ਕਵਰ ਆਪਣੀ ਮਨਪਸੰਦ ਦੇ ਪਾਉਣਾ ਚਾਹੁੰਦੇ ਹੋ ਤੁਸੀਂ ਆਪਣੇ ਜਿਹੜੇ ਡੈਸ਼ਬੋਰਡ ਕਿੱਟ ਜਿਹੜੀ ਹੈ ਸਾਰਾ ਤੁਸੀਂ ਕੋਈ ਵੀ ਕਲਰ ਕਰਾਉਣਾ ਚਾਹੁੰਦੇ ਹੋ ਤੁਸੀਂ ਛੱਤ ਕਾਲੀ ਕਰਾਉਣੀ ਚਾਹੁੰਦੇ ਹੋ ਰੂਪ ਬਲੈਕ ਕਰਾਉਣਾ ਚਾਹੁੰਦੇ ਹੋ ਰੂਪ 'ਤੇ ਤੁਸੀਂ ਅਗਰ ਲਾਈਟਾਂ ਲਾਉਣਾ ਚਾਹੁੰਦੇ ਹੋ ਸਾਰਾ ਕੁਝ ਜਿਹੜਾ ਤੁਹਾਨੂੰ ਇੱਧਰ ਅਵੇਲੇਬਲ ਮਿਲੂਗਾ ਮਿੱਤਰ ਜਿਵੇਂ ਕਿ ਹੈ ਨਾ ਹੁਣ ਆਪਾਂ ਨਵੀਂ ਗੱਡੀ ਲੈਂਦੇ ਹਾਂ ਸਭ ਨੂੰ ਪਤਾ ਵੀ ਆਪਾਂ ਜ਼ਰੂਰ ਉਹ 'ਚ ਐਕਸੈਸਰੀ ਕਰਵਾਉਂਦੇ ਹਾਂ ਨਾ ਜਾਂ ਫਿਰ ਕੋਈ ਐਕਸੈਸਰੀ ਕਰੈਕ ਹੋ ਜਾਵੇ ਹੈ ਨਾ ਵੀ ਵਧੀਆ ਕੁਆਲਿਟੀ ਦੀਆਂ ਪਈਆਂ ਭਾਅ ਜੀ ਕੋਲ ਬੈਸਟ ਰੇਟ ਹੈ ਅਤੇ ਉੱਪਰੋਂ ਡਿਸਕਾਊਂਟ ਵੀ ਹੈਗੇ ਨੇ ਹੈ ਨਾ ਕਿਤੇ ਕਿਸੇ ਕਿਤੇ ਉਹ ਚੀਜ਼ 'ਤੇ ਡਿਸਕਾਊਂਟ ਵੀ ਹੈ ਸੋ ਉਹ ਬਾਕੀ ਤੁਹਾਨੂੰ ਇੱਥੇ ਆ ਕੇ ਪਤਾ ਲੱਗ ਜੂਗਾ ਹੈ ਨਾ ਬਾਕੀ ਜ਼ਰੂਰ ਵਿਜ਼ਿਟ ਕਰਨਾ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਦੇਖ ਰਹੇ ਨੇ ਸੋ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ ਐਡਰੈਸ ਭਾਅ ਜੀ ਇੱਕ ਵਾਰ ਤੁਸੀਂ ਵੀ ਕਨਫਰਮ ਕਰਾ ਲਓ ਅਗਰ ਜੇ ਆਪਣਾ ਐਡਰੈਸ ਰਹੂਗਾ ਤੁਹਾਨੂੰ ਜਿਵੇਂ ਕਿ ਪਤਾ ਹੈ ਨਾਲ ਬਜਾਜ ਦੀ ਸ਼੍ਰੀ ਬਜਾਜ ਦੀ ਆਪਣੀ ਏਜੰਸੀ ਹੈ ਅਤੇ ਨਾਲ ਇੱਧਰ ਰਹੂਗਾ ਆਪਣਾ 6 ਫੇਸ ਮੋਹਾਲੀ ਸੈਕਟਰ 56 ਮੋਹਾਲੀ ਦੇ ਅੰਦਰ ਤੁਹਾਨੂੰ ਆਉਣਾ ਪੈਣਾ ਹਾਂ ਲੋਕੇਸ਼ਨ 'ਤੇ ਵੀ ਸਰਚ ਕਰ ਸਕਦੇ ਹੋ ਨਾ ਆਪਣਾ ਲੋਕੇਸ਼ਨ 'ਤੇ ਵੀ ਆਈ ਜਾਊਗਾ ਬਜਾਜ ਦੀ ਕੰਪਨੀ ਸਰਚ ਮਾਰੋਗੇ ਨਾ 6 ਫੇਸ ਤਾਂ ਇੱਥੇ ਪਹੁੰਚ ਜਾਓਗੇ ਤੁਸੀਂ ਬਾਕੀ ਜ਼ਰੂਰ ਵਿਜ਼ਿਟ ਕਰਿਓ ਮਿੱਤਰੋ ਜਿੰਨੇ ਵੀ ਆਣਗੇ ਹੈ ਨਾ ਸਾਡੇ ਸਬਸਕ੍ਰਾਈਬਰਸ ਉਹ ਆ ਕੇ ਨਾਂ ਜ਼ਰੂਰ ਲੈ ਆਓ ਕਿ ਆਪਾਂ ਉਹਨਾਂ ਦਾ ਵਲੌਗ ਵੀਊ ਕਰਕੇ ਆਏ ਹਾਂ ਟੈਨਸ਼ਨ ਵਾਲੀ ਕੋਈ ਗੱਲ ਨੀ ਇਹੋ ਜੀ ਤੁਹਾਨੂੰ ਸਾਰਾ ਕੁਛ ਜਿਹੜਾ ਇੱਧਰ ਅਵੇਲੇਬਲ ਮਿਲੂਗਾ ਤੇ ਹੁਣ ਬਸ ਕੁਛ ਨੀ ਕਰਨਾ ਗੱਡੀ ਲੈ ਕੇ ਇੱਥੇ ਪਹੁੰਚਣਾ ਹੈ ਤੇ ਚਾਹ ਪੀਣੀ ਹੈ ਉਸ ਤੋਂ ਬਾਅਦ ਤੁਹਾਡੀ ਗੱਡੀ ਦਾ ਕੰਮ ਹੋਇਆ ਵਾ ਮਿਲੂਗਾ ਕੁਛ ਹੀ ਸਮਿਆਂ 'ਚ ਹੈ ਨਾ ਬਿਲਕੁਲ ਭਾਅ ਜੀ ਮਿੱਤਰੋ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ 'ਚ ਅਤੇ ਭਾਅ ਜੀ ਨੂੰ ਜ਼ਰੂਰ ਕਾਲ ਕਰਕੇ ਹੈ ਨਾ ਆਪਣਾ ਕੰਮ ਕਰਵਾ ਸਕਦੇ ਹੋ ਓਕੇ ਮਿੱਤਰੋ